ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਭਾਜੀ ਉਹਨਾਂ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ ਅਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ। ਟੋਟਲ 5 ਹੀ ਪਸ਼ੂ ਤੁਹਾਨੂੰ ਦਿਖਾਉਣੇ ਆ। ਇੱਕ ਗਾਂ ਜਿਹੜੀ ਅੱਜ ਹੀ ਸਵੇਰੇ ਸੂਈ ਆ ਵਾਲੀ। ਅਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਇਹੀ ਆ ਕਿ ਅੱਜ ਦੇ ਜਿਹੜੇ ਵੀਡੀਓ ਦੇ ਵਿੱਚ ਸਾਰੇ ਪਸ਼ੂਆਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੱਸਾਂਗੇ, ਜਿੰਨਾ ਕੁ ਸਾਨੂੰ ਵੀਰ ਜੀ ਉਹਨਾਂ ਨੇ ਦੱਸਿਆ ਉਹਨਾਂ ਕੁ ਆਪਾਂ ਤੁਹਾਨੂੰ ਦੱਸ ਦਾਂਗੇ। ਬਾਕੀ ਜੇ ਕੋਈ ਚੀਜ਼ ਸਾਡੇ ਤੋਂ ਦੱਸਣ ਵਾਲੀ ਰਹਿ ਜੇ, ਵੀਰ ਜੀ ਉਹਨਾਂ ਦਾ ਫੋਨ ਨੰਬਰ ਸਕਰੀਨ 'ਤੇ ਆਉਂਦਾ, ਤੁਸੀਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਜੇ। ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮੇਂ ਦੇ ਹਿਸਾਬ ਨਾਲ ਵੇਚ ਚੱਕ ਕੇ ਖੜ੍ਹੇ, ਸਭ ਤੋਂ ਪਹਿਲਾਂ ਤੁਹਾਨੂੰ ਆਹ ਗੱਬਨ ਮਾਝੀ ਦਿਖਾ ਦਿੰਦੇ ਹਾਂ। ਚੰਗਾ ਹਵਾਨਾ ਜਿਹੜਾ ਇਹਨੇ ਤਿਆਰ ਕੀਤਾ ਵਾ, ਤੋਰ ਦਾ ਬਾਬਾ ਜੀ ਇੱਕ ਰੀਨਾ ਨੀਲੀ ਦੀ ਮੱਝ ਆ ਜਿਹੜੀ, ਹਾਂ ਦੇਖ ਸਕਦੇ ਜੀ ਤਿਆਰ ਹੀ ਆ ਵਾ, ਛੇਤੀ ਸੂਬੇ ਨਾ ਇਹਨੇ। ਹੁਣ ਦੁੱਧ 13 ਕੁ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਸੂਆ ਜਿਹੜਾ ਇਹਨੇ ਤੀਸਰਾ ਸੋਨਾ ਆ। ਲੈ ਜਾਓ ਇੱਕ ਵਾਰੀ ਸਿੱਧੀ ਲੈ ਜਾਓ, ਥੋੜ੍ਹੀ ਜਿਹੀ ਲੰਮੀ ਤੋਰ ਜੇ, ਹੋ ਸਕਦਾ ਕਿ ਅੱਜ ਜਿਹੜਾ ਇਹ ਸੂ ਹੀ ਪਵੇ। ਆ ਜਾਓ ਬੰਨ ਦਿਓ ਜੀ, ਪੂਰੇ ਜਿਹੜੇ ਇਹਨੇ ਪੂਰੇ ਖਿੱਚ ਲਏ ਆ, ਸੂ ਹੀ ਪੈਣਾ ਵਾ ਜਿਹੜਾ ਅੱਜ ਜਿਹੜੇ ਹਿਸਾਬ ਨਾਲ ਇਹਦਾ ਬੋਡੀ ਲੈਂਗੁਏਜ ਦੱਸਣ ਦੀ ਆ। ਹਾਂ ਦੇਖ ਸਕਦੇ ਜੀ ਦੁੱਧ 13 ਕੁ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਅਤੇ ਮੁੱਲ ਜਿਹੜਾ ਇਹਦਾ ਵਾ, ਮੁੱਲ ਕਹਿੰਦੇ ਕਿ ਭਾਵੇਂ 60 ਕਰ ਲਈਏ ਅਤੇ ਭਾਵੇਂ 57,000 ਕਰ ਲਈਏ, ਅਤੇ 55,000 ਦੀ ਕਹਿੰਦੇ ਕਿ ਜਿਹੜੀ ਦੇ ਦਿਆਂਗੇ। ਅਤੇ ਬਾਕੀ ਕੋਈ ਵੀਰ ਫੋਨ ਲਾ ਕੇ ਪੁੱਛ ਲਏ, ਆਹ ਦੇਖ ਸਕਦੇ ਹਵਾਨਾ ਇਹਦਾ ਇੱਕ ਵਾਰੀ ਲਾਗੇ ਤੋਂ, ਕੋਈ ਭੁਲਾ ਨਹੀਂ ਹਵਾਨੇ 'ਤੇ। ਬਾਕੀ ਅੱਜ ਜਿਹੜਾ ਇਹਨੇ ਸੂ ਹੀ ਪੈਣਾ ਵਾ, ਬਾਕੀ ਕਈ ਵਾਰੀ ਕੋਈ ਪਤਾ ਨਹੀਂ ਹੁੰਦਾ। ਅਤੇ ਹੁਣ ਜਿਹੜੀ ਆਹ ਤੁਹਾਨੂੰ ਦਿਖਾਉਣੀ ਆ ਦੂਸਰੇ ਨੰਬਰ 'ਤੇ, ਦੁੱਧ ਜਿਹੜਾ ਇਹਦੇ ਕੋਲ 9 ਲੀਟਰ ਜਿਹੜਾ ਮੌਕੇ 'ਤੇ ਤਿਆਰ ਦੱਸਦੇ ਆ, ਅਤੇ ਹਫ਼ਤਾ 10 ਦਿਨ ਜਿਹੜੇ ਇਹਨੇ ਸੂਈ ਨੂੰ ਹੋਏ ਆ। ਤੋਰ ਦਿਓ ਜੀ ਇੱਕ ਇਹਨੂੰ ਵੀ, ਅਤੇ 10-11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ, ਅਤੇ ਮੌਕੇ 'ਤੇ ਜਿਹੜਾ 9 ਲੀਟਰ ਦੁੱਧ ਇਹਦੇ ਕੋਲ ਤਿਆਰ ਆ। ਆਹ ਦੇਖ ਸਕਦੇ ਹਵਾਨਾ ਇਹਦੇ। ਬਾਕੀ ਤਾਂ ਜਿਹੜੀਆਂ ਸੂਈਆਂ ਵਾ ਉਹ ਆਪਣੀ ਕੋਈ ਚਵਾਈ ਕਰਕੇ ਖੜ੍ਹੇ, ਕਿਉਂਕਿ ਜਿੰਨਾ ਕੁ ਸਾਨੂੰ ਵੀਰ ਜੀ ਉਹਨਾਂ ਨੇ ਦੱਸਿਆ ਉਹਨਾਂ ਕੁ ਆਪਾਂ ਤੁਹਾਨੂੰ ਦੱਸਦਾ। ਬਾਬਾ ਜੀ ਆਹੀ ਜੇ ਬੱਚਾ ਇਹਦਾ, ਆਹ ਜੇ ਬੱਚਾ ਇਹਦਾ, ਬੱਚੇ ਕੁਛ ਉੱਧਰ ਵੀ ਬੱਜੇ ਤੁਹਾਨੂੰ ਦਿਖਾ ਦਿੰਦੇ ਹਾਂ ਵੀ। ਬਾਕੀ ਕੋਈ ਵੀਰ ਆਪਣੀ ਸਮਝਣਾ ਵੇਚ ਚੱਕ ਕੇ ਖੜ੍ਹੇ, ਅਤੇ ਹੱਥਾਂ ਨੇ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਜੀ। ਲੈ ਜਿਓ ਜੀ ਅਤੇ ਇਹਦਾ ਮੁੱਲ ਕਹਿੰਦੇ ਕਿ 50,000 ਜਿਹੜਾ ਮੁੱਲ ਆ, ਇਹਦੇ ਵਿੱਚ 3,000 ਮਾਨ ਹੋ ਜੂਗਾ। 57,000 ਦੀ ਕਹਿੰਦੇ ਕਿ ਦੇ ਦਿਆਂਗੇ, 47,000 ਦੀ, 47,000 ਦੀ ਕਹਿੰਦੇ ਕਿ ਦੇਵਾਂਗੇ। ਅਤੇ ਦੁੱਧ ਕੋਈ ਵੀਰ ਮੌਕੇ 'ਤੇ 9 ਲੀਟਰ ਜਿਹੜਾ ਆਪਣੀ ਚਵਾਈ ਕਰਕੇ ਲੈ ਜੇ। ਸੂਆ ਜਿਹੜਾ ਇਹਦਾ ਵੀ ਤੀਸਰਾ ਹੀ ਆ। ਹੁਣ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ, ਇਹ ਜਿਹੜੀ ਦੂਸਰੇ ਸੂਏ ਦੀ ਆ, ਕਾਫੀ ਵੱਡੇ ਕੱਦ ਕਾਠ ਦੀ ਝੋਟੀ ਆ ਜਿਹੜੀ, ਇਹ ਵਾਲੀ ਤੋਰ ਦਿਓ ਜੀ। ਇਹਦੇ ਕੋਲ ਵੀ ਦੁੱਧ ਜਿਹੜਾ ਮੌਕੇ 'ਤੇ 9 ਲੀਟਰ ਹੀ ਤਿਆਰ ਦੱਸਦੇ ਆ, ਅਤੇ ਇਹਨਾਂ ਵੀ ਹਫ਼ਤਾ 10 ਦਿਨ ਹੋਏ ਆ ਸੂਈ ਨੂੰ, ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੂੰ ਸਾਨੂੰ ਦੱਸਿਆ ਉਸ ਤਰ੍ਹਾਂ ਹੀ ਆਪਾਂ ਤੁਹਾਨੂੰ ਦੱਸਦੇ ਲੱਗੇ ਹਾਂ। ਕੰਪੈਕਟ ਜੇ ਹਵਾਨੇ ਦੀ ਆ, ਪਿੱਠ ਪੂੜਾ ਦੇਖ ਸਕਦੇ ਇਹਦਾ ਵੀ ਚੰਗਾ। ਅਤੇ ਇਹ ਜਿਹੜਾ 12 ਕੁ ਲੀਟਰ ਤੱਕ ਦੁੱਧ ਜਿਹੜੇ ਕਹਿੰਦੇ ਕਿ ਕਰ ਸਕਦੀ ਹੈ ਮੌਕੇ 'ਤੇ, 9 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ। ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜਨੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਆ। ਅਤੇ ਇਹਦਾ ਮੁੱਲ ਜਿਹੜਾ ਵਾ 60,000 ਆ, ਪੂਰੀ ਰਾਜੀ ਰੂਜੀ ਝੋਟੀ ਆ, ਚੰਗੀ ਸਾਂਭੀ ਸੁੰਭੀ ਝੋਟੀ ਆ ਜਿਹੜੀ, ਪੂਰੀ ਕਾਲੀ ਆ, ਪੂਛ ਵੀ ਪੂਰੀ ਕਾਲੀ ਆ, ਮੱਥਾ ਪੂਰਾ ਕਾਲਾ, ਅਤੇ ਹਵਾਨਾ ਵੀ ਇਹਦਾ ਦੇਖ ਸਕਦੇ ਲਾਗੇ ਤੋਂ। ਹੁਣ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਆ, ਹਾਂ ਦੇਖ ਸਕਦੇ ਅੱਜ ਹੀ ਸੂਈ ਆ, ਜਿਹਨੇ ਪੁੜੇ ਵੀ ਨਹੀਂ ਪੂਰੇ ਤਾਂ ਚੁੱਕੇ, ਹਾਂ ਦੇਖ ਸਕਦੇ ਜੀ ਹਲੇ ਪੁੜੇ ਵੀ ਇਹਦੇ ਉਸ ਤਰ੍ਹਾਂ ਹੀ ਆ। ਤੋਰ ਦਿਓ ਜੀ,
ਇਹ ਵੀ ਜਿਹੜਾ ਕਹਿੰਦੇ ਕਿ 12 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾਈ ਜਾਓਗੀ। ਆਹ ਬੱਚਾ ਵੱਛਾ ਇਹਦਾ, ਆਹ ਵਾਲਾ ਤਾਜ਼ਾ ਹੀ ਬੱਚਾ, ਬਿਲਕੁਲ ਅੱਜ ਹੀ ਸੂਈ ਆ। ਜੇਰ ਜੂਰ ਜਿਹੜੀ ਕਹਿੰਦੇ ਕਿ ਪ੍ਰੋਪਰ ਪਾਤੀ ਆ, ਅੱਜ ਸਵੇਰੇ ਸੂਈ ਆ, ਹੁਣ ਦੁਪਹਿਰ ਦਾ ਟਾਈਮ ਜਿਹੜਾ ਹੋ ਗਿਆ ਵਾ, ਅਤੇ ਇੱਕ ਚਵਾਈ ਜਿਹੜੀ ਇਹਦੀ ਹੋ ਗਈ ਆ, ਅਤੇ ਚਵਾ ਚਵੂ ਕਹਿੰਦੇ ਕਿ ਬਿਲਕੁਲ ਓਕੇ ਜਿਹੜਾ ਨਿਕਲਿਆ ਵਾ। ਹਾਂ ਦੇਖ ਸਕਦੇ ਥਾਣੇ ਦੇ ਲਾਗੇ ਤੋਂ, ਅਤੇ 12 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੂਗੀ। ਹਾਂ ਦੇਖ ਸਕਦੇ ਥਾਣਾ ਦਾ ਸਾਈਜ਼ ਦਾ ਇੱਧਰੋਂ ਵੀ, ਅਤੇ ਮੁੱਲ ਇਹਨਾਂ ਦਾ ਤੁਹਾਨੂੰ ਦੋਵਾਂ ਦਾ ਇਕੱਠਾ ਹੀ ਦੱਸਦੇ ਹਾਂ। ਹੁਣ ਆ ਜਿਹੜੀ ਦੂਸਰੇ ਨੰਬਰ 'ਤੇ ਦਿਖਾਉਣੀ ਆ, ਇਹਦੇ ਵੀ ਥਾਣੇ ਤੁਸੀਂ ਲਾਗੇ ਤੋਂ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਵਾ। ਮਿਲਕਮੈਨ ਵੀ ਦੇਖ ਸਕਦੇ, ਧੋਰ ਦਿਓ ਜੀ ਇਹ ਵੀ। ਇਹ ਜਿਹੜੀ ਕੱਬਣੇ ਆ ਹਫ਼ਤੇ ਦੇ ਅੰਦਰ ਅੰਦਰ ਸੁਣਦੀ ਆ ਜਿਹੜੀ ਇਹ ਵਾਲੀ ਦੁੱਧ। ਇਹ ਵੀ ਜਿਹੜਾ ਕਹਿੰਦੇ ਕਿ 12-13 ਲੀਟਰ ਜਿਹੜਾ ਚਵਾਈ ਜਾਊਗੀ। ਬਾਕੀ ਫੋਨ ਨੰਬਰ ਵੀਰ ਜੀ ਹੋਣਾਂ ਦਾ ਸਕਰੀਨ 'ਤੇ ਆਉਣ ਦਿਆ, ਹੋ ਸਕਦਾ ਕੋਈ ਚੀਜ਼ ਸਾਡੇ ਤੋਂ ਕੋਈ ਦੱਸਣ ਵਾਲੀ ਰਹਿ ਜਾਵੇ, ਜਾਂ ਕੋਈ ਹੋ ਸਕਦਾ ਕੋਈ ਨਾ ਦੱਸਿਆ ਜਾਵੇ, ਜਾਂ ਕੁਛ ਘੱਟ ਵੱਧ ਦੱਸਿਆ ਜਾਵੇ, ਉਹ ਤੁਸੀਂ ਵੀਰ ਜੀ ਉਹਨਾਂ ਤੋਂ ਫੋਨ ਲਾ ਕੇ ਪੁੱਛ ਸਕਦੇ ਜੀ ਚੰਗੀ ਤਰ੍ਹਾਂ। ਇਹਦਾ ਵੀ 12-13 ਲੀਟਰ ਦੇ ਕਰੀਬ ਹੀ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ, ਅਤੇ ਮੁੱਲ ਜਿਹੜਾ ਦੋਵਾਂ ਦਾ ਜਿਹੜਾ ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਵਾ 32-32 ਹਜ਼ਾਰ ਆ, ਜੇ ਕੋਈ ਜੋੜਾ ਇਕੱਠਾ ਖੜੂਗਾ ਤਾਂ ਜੋੜੇ ਦਾ ਜਿਹੜਾ ਮੁੱਲ 60 ਹਜ਼ਾਰ ਆ। ਹਾਂ ਦੇਖ ਸਕਦੇ ਇਹਦਾ ਵੀ ਥਣ ਹਵਾਨਾ ਕਾਫੀ ਸਫਾਈ 'ਚ ਆ। ਬਾਕੀ ਆਹ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਬਾਕੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਵੇਖ ਚਾਖ ਕੇ ਆਪਣੀ ਸਮਝ 'ਤੇ ਆਪਣੀ ਜ਼ਿੰਮੇਦਾਰੀ 'ਤੇ ਖੜੋ। ਹਾਂ ਬੱਚੇ ਆ, ਅਤੇ ਉਹ ਗਾਂ ਦਾ ਬੱਚਾ ਜਿਹੜੀ ਬਿਲਕੁਲ ਤਾਜ਼ੀ ਸੂਈ ਅੱਜ, ਇੱਕ ਬੱਚਾ ਆ ਵਾ, ਅਤੇ ਜਿਹੜੇ ਝੋਟੀ ਤੁਹਾਨੂੰ ਐਂਡ 'ਤੇ ਦਿਖਾਈ ਆ ਉਹਦਾ ਬੱਚਾ ਆ ਵਾ। ਆਪਣੀ ਸਮਝਣਾ ਵੇਖ ਲਏ ਕਿੰਨੇ ਕੁ ਦਿਨਾਂ ਦਾ ਬੱਚਾ ਵਾ। ਅਤੇ ਇੱਕ ਬੱਚਾ ਜਿਹੜਾ ਆ ਵਾ ਜਿਹੜੀ ਤੁਹਾਨੂੰ 47 ਹਜ਼ਾਰ ਵਾਲੀ ਮੱਝ ਵਿਖਾਈ ਆ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।